और प्रधानमंत्री साहब नूं मिल के आवांगे तां कि जिहड़ा साडा इह देश दे नौजवान दे नाल वितकरा केंद्र सरकार कर रही है उन्हें खत्म किया जाए। नौजवानों को रोकूंगे जिहड़े नौजवानों ने एप्लीकेशन भर दी है उन्होंने कहूंगे कि उड़ीक करो तुहानू इदां दी जिहड़ी गलत स्कीम है भरन की लोड़ नहीं है एप्लीकेशन। देखो हर एक नूं अपना सोचना अपना किस तरह किसी ने सोचना किस तरह नहीं पर लेकिन मैं समझदा देश के नौजवानों के खिलाफ एक बहुत वड्डी मुहिम जिहड़ी आ ਉਹ ਕੇਂਦਰ ਸਰਕਾਰ ਨੇ ਕੇਂਦਰ ਦੀ ਬੀਜੇਪੀ ਸਰਕਾਰ ਨੇ ਛੇੜੀ ਹੈ। ਜੀ ਦੇਖਿਆ ਜਾਵੇ ਕੱਲ ਬਹਿਸ ਹੁੰਦੇ ਹੁੰਦੇ ਤੁਸੀਂ ਸਿੱਧੇ ਤੌਰ ਤੇ ਕਿਹਾ ਕਿ ਤੁਸੀਂ ਨਸ਼ੇ ਦੇ ਮਾਮਲਿਆਂ ਦੇ ਵਿੱਚ ਲੰਬਿਤ ਹੋਗੇ ਤੁਹਾਡੇ ਕੇਸ ਚੱਲ ਰਹੇ ਨੇ ਕੀ ਇਹ ਜੀ ਗੱਲ ਹੁੰਦੀ ਸੀ ਐਡੀ ਜਿਆਦਾ ਤੁਸੀਂ ਗੁੱਸੇ ਚ ਦੇਖਿਆ। ਨਹੀਂ ਮੈਂ ਕੋਈ ਨਹੀਂ ਜਦੋਂ ਕੱਲ ਬੜੀ ਅੱਛੀ ਸਿਰਦ ਬਹਿਸ ਹੋਈ ਆ ਔਰ ਸਾਰੇ ਮੈਂਬਰ ਸਾਹਿਬਾਨ ਨੇ ਹਿੱਸਾ ਲਿਆ ਗਿਆ ਔਰ ਮੈਂ ਸਮਝਦਾ ਸਾਡੇ ਮਾਨਯੋਗ ਸਪੀਕਰ ਸਾਹਿਬ ਸਰਦਾਰ ਕਰਤਾਰ ਸਿੰਘ ਸੰਧਵਾ ਜੀ ਬੜੇ ਅੱਛੇ ਤਰੀਕੇ ਦੇ ਨਾਲ ਜਿਹੜੀ ਉਸਾਰੂ ਬਹਿਸ ਕਰਵਾ ਰਹੇ ਨੇ ਔਰ ਸਾਰੀਆਂ ਧਿਰਾਂ ਨੂੰ ਬਰਾਬਰ ਦਾ ਮੌਕਾ ਦੇ ਰਹੇ ਨੇ ਔਰ ਸਾਰੇ ਬੋਲ ਰਹੇ ਨੇਗੇ ਔਰ ਸਾਰੇ ਦਾ ਪੱਖ ਰੱਖਣਾ ਵਿਪਕਸ਼ ਦੇ ਵਿੱਚ ਆਉਣਾ ਵਿਰੋਧ ਦੇ ਵਿਰੋਧ ਵਾਲਿਆਂ ਦਾ ਵਿਰੋਧ ਕਰਨਾ ਸੋ ਉਹਨਾਂ ਦਾ ਆਪਦਾ ਰਾਈਟ ਹੈਗਾ ਸੋ ਅਸੀਂ ਸਭ ਨੂੰ ਇੱਕ ਮੌਕਾ ਦੇ ਰਹੇ ਹਾਂ। ਬਿਲਕੁਲ ਬਿਲਕੁਲ ਹਮਾਰੇ ਪੰਜਾਬ ਕੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇਸ਼ ਕੇ ਹੋਮ ਮਿਨਿਸਟਰ ਸੇ ਟਾਈਮ ਲੇਂਗੇ ਔਰ ਟਾਈਮ ਸੀਕ ਕਰਨੇ ਕੇ ਬਾਅਦ ਦੇਸ਼ ਕੇ ਹੋਮ ਮਿਨਿਸਟਰ ਸਾਹਿਬ ਕੋ ਮਿਲ ਕੇ ਆਏਗੇ ਔਰ ਮੈਂ ਸਮਝਦਾ ਇਸ ਜੋ ਯੋਜਨਾ ਹੈ ਕੇਂਦਰ ਕੀ ਜੋ ਅਗਨੀਪਥ ਯੋਜਨਾ ਉਸਕਾ ਹਮ ਵਿਰੋਧ ਜਤਾਏਂਗੇ।